सत श्री अकाल, तुसीं देख रहे हो द पंजाब टीवी। तो मैं हाँ जज सिंह चाहड़। भगवंत मान ने पंजाब दा मुख मंत्री बनन तो बाद सारे ओ काम करने शुरू कर दिते ने जिन्हां दे खिलाफ विरोधी धिर दे विच रहिंदिआं आम आदमी पार्टी दे वल्लों अंदोलन चलाए गए सन। सब तो पहला फैसला भगवंत मान ने एंटी करप्शन हैल्पलाइन नंबर जारी करन दा लिया जिहड़ा कि 23 मार्च नूं जारी कीता जाएगा। अते हुण आम आदमी पार्टी दे वल्लों एक होर ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਵਿਧਾਇਕਾਂ ਦੀਆਂ ਪੈਨਸ਼ਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਵਿਰੋਧ ਕਰਦੀ ਸੀ ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਸੀ। ਹੁਣ ਜਦੋਂ ਆਮ ਆਦਮੀ ਪਾਰਟੀ ਸੱਤਾ ਧਿਰ ਦੇ ਵਿੱਚ ਆ ਗਈ ਹੈ, ਆਮ ਆਦਮੀ ਪਾਰਟੀ ਦੇ ਕੋਲ ਇੰਨੇ ਅਧਿਕਾਰ ਆ ਗਏ ਨੇ ਕਿ ਉਹ ਸਾਬਕਾ ਵਿਧਾਇਕਾਂ ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ ਬਾਰੇ ਕੋਈ ਨਵਾਂ ਕਾਨੂੰਨ ਬਣਾ ਸਕਦੀ ਹੈ, ਤਾਂ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਫਿਰ ਉਹ ਪੈਨਸ਼ਨਾਂ ਬੰਦ ਹੁਣ ਕਿਉਂ ਨਹੀਂ ਕਰਦੇ। ਹੁਣ ਆਮ ਆਦਮੀ ਪਾਰਟੀ ਦੀ ਆਪਣੀ ਸਰਕਾਰ ਆ ਗਈ ਹੈ ਕਿ ਆਮ ਆਦਮੀ ਪਾਰਟੀ ਕੋਈ ਅਜਿਹਾ ਫੈਸਲਾ ਲਵੇਗੀ। आम आदमी पार्टी ने ऐलान कर दिता है कि साबका विधायकों दीयां पेंशनां नूं लैके छेती ही एक वड्डा ऐलान मुख्यमंत्री भगवंत मान दे वल्लों कीता जाएगा। इस संबंधी सवाल पूछा गया सुनाम तो आप विधायक अमन अरोड़ा तो कि प्रकाश सिंह बादल ने पेंशनां लैण तो इनकार कर दिता है। उसे दे जवाब विच ही यह वड्डा ऐलान अमन अरोड़ा दे वल्लों कर दिता गया। कहिंदे ने कि साडी सरकार छेती ही इस मसले ते कोई ना कोई वड्डा कदम चुकेगी अते लोकां दे सामने ओ कदम आ जाएगा। दरअसल जिहड़ा कोई विधायक जिन्नी देर तक विधायक रहिंदा है उन्नी देर तक उस नूं मिलदी है तनखाह, पर जदों ओ साबका विधायक बन जांदा है जां चोण नहीं लड़दा जां फिर हार जांदा है तां फिर उस नूं उन्नी वार दी ही पेंशन मिलदी है जिन्नी वार ओ विधायक बनिया हुंदा है। जिवें कि एक वार विधायक बनिया तां एक पेंशन, दो वार विधायक बनिया दो, तीन, चार, पंज, जिन्नी वार ओ व्यक्ति विधायक बनिया उन्नियां ही पेंशनां उस दीआं जुड़दीआं जांदीआं ने जिहड़ीआं कि लखां दे हिसाब दे विच बन जांदीआं ने। आम आदमी पार्टी विरोध करदी सी अते हुण एक वड्डा पटाका पाउण दी तैयारी कह सकते हाँ कि आम आदमी पार्टी दे वल्लों कर लई गई है। इसका ऐलान किवें कीता है सुनाम तो विधायक अमन अरोड़ा ने उन्हां दे मुँह तुहानूं सुना दिंदे हां तां जो सारी गल क्लीयर हो सके। ਚਲੋ ਚਲੋ ਉਹ ਇਹ ਮੰਗ ਹੈ ਜਿਹੜੀ ਇਹ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚੱਕੀ ਸੀਗੀ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ। ਚਲੋ ਵੱਡੇ ਬਾਲ ਸਾਹਿਬ ਬੜੇ ਸਾਡੇ ਸਤਿਕਾਰਯੋਗ ਨੇ, ਉਮਰ ਦਰਾਜ਼ ਨੇ, ਬੜਾ ਸਤਿਕਾਰ ਕਰਦੇ ਉਹਨਾਂ ਦਾ। ਦੇਰ ਆਏ ਦਰੁਸਤ ਆਏ, ਉਹਨਾਂ ਨੇ ਉਹਨਾਂ ਦਾ ਬਿਆਨ ਕੱਲ੍ਹ ਮੈਨੂੰ ਵੀ ਸੁਣਨ ਨੂੰ ਮਿਲਿਆ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਪੈਨਸ਼ਨਾਂ ਦਾ ਮਸਲੇ ਅਤੇ ਚਾਹੇ ਹੋਰ ਮਸਲੇ ਨੇ, ਇਕੱਲਾ ਇਕੱਲੇ ਪੰਜਾਬ ਦੇ ਪੈਸੇ ਜਿਹਦੇ ਜਿਹੜਾ ਕਿ ਪੰਜਾਬ ਦੇ 3 ਕਰੋੜ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਨਾਲ ਖਜ਼ਾਨੇ 'ਚ ਆਉਂਦੇ ਨੇ, ਉਹਦੇ ਉੱਪਰ ਇਕੱਲੇ ਇਕੱਲੇ ਪੈਸੇ ਦੇ ਉੱਪਰ ਪਹਿਰਾ ਦੇਣ ਦਾ ਕੰਮ ਭਗਵੰਤ ਮਾਨ ਜੀ ਦੀ ਸਰਕਾਰ ਹੈ ਜਿਹੜੀ ਉਹ ਕਰੂਗੀ। ਇਹਦੇ ਬਾਰੇ ਵੀ, ਇਹਨਾਂ ਐਕਸ ਵਿਧਾਇਕਾਂ ਦੀਆਂ ਪੈਨਸ਼ਨਾਂ ਬਾਰੇ ਵੀ ਬੜੀ ਜਲਦੀ ਹੀ ਤੁਹਾਨੂੰ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਮਾਨ ਸਾਹਿਬ ਵੱਲੋਂ ਸੁਣਨ ਨੂੰ ਮਿਲੇਗਾ। ਸਰ, ਕੱਲ੍ਹ ਜਿਹੜਾ ਕਰਪਸ਼ਨ ਦੇ ਮੁੱਦੇ 'ਤੇ ਕਿਹਾ ਗਿਆਗਾ, ਉਸ 'ਤੇ ਤੁਸੀਂ ਕੀ ਕਹੋਗੇ ਵੀ ਜਿਹੜੀ NOCs ਨੇ ਜਾਂ ਉਹ ਚੀਜ਼ ਦੇ ਵਿੱਚ ਕਿਵੇਂ ਲੋਕਾਂ ਨੂੰ ਆਸ਼ਵਾਸਨ ਮਿਲੂਗਾ ਵੀ ਵੱਧ ਪੈਸੇ ਨਹੀਂ ਲਿੱਤੇ ਜਾਣਗੇ ਲੋਕਾਂ ਤੋਂ? ਕੌਣ ਨਹੀਂ ਲੈ ਕੇ ਜਾਣਗੇ ਜੀ? ਲੋਕਾਂ ਨੂੰ ਇਹ ਡਰ ਹੋ ਗਿਆ ਨਾ ਹੁਣ ਕੰਮ ਜਿਹੜਾ ਹੈਗਾ ਗਾ ਜਿਹੜੇ ਕਾਨੂੰਨ ਨੇ ਜਿਹੜੇ ਤੁਸੀਂ ਕਿਹਾ ਸੀਗਾ ਵੀ ਉਹ ਈਜ਼ੀ ਕਰ, ਤੁਸੀਂ ਪਤਾ ਗੱਲ ਕੀ ਹੈ, ਪਤਾ ਗੱਲ ਕੀ ਹੈ, ਪ੍ਰੋਬਲਮ ਕੀ ਆ ਰਹੀ ਹੈ, ਤੁਸੀਂ ਜਿਹੜਾ ਵਾਰ ਵਾਰ ਮੈਨੂੰ ਸਵਾਲ ਕਰ ਰਹੇ ਹੋ ਨਾ, ਇਹ ਟਰੱਸਟ ਡੈਫੀਸਿਟ ਹੈ ਵੀ ਲੋਕਾਂ ਦਾ ਸਰਕਾਰ ਦੇ ਉੱਪਰ, ਸਰਕਾਰੀ ਸਿਸਟਮ ਦੇ ਉੱਪਰ, ਤੰਤਰ ਦੇ ਉੱਪਰ ਔਰ ਲੀਡਰਾਂ ਦੇ ਉੱਪਰ ਵਿਸ਼ਵਾਸ ਨਹੀਂ ਰਿਹਾ ਹੈਗਾ। ਕਿਰਪਾ ਕਰਕੇ ਤੁਸੀਂ ਵਿਸ਼ਵਾਸ ਕਰਨਾ ਪੰਜਾਬ ਸ਼ੁਰੂ ਕਰੇ। ਜੇ ਆਪਦਾ ਸਹੀ ਕੰਮ ਹੈ ਜਿਹੜਾ ਉਹ ਲੈ ਕੇ ਸਰਕਾਰੀ ਦਫ਼ਤਰ ਦੇ ਵਿੱਚ ਜਾਓ, 54 ਦੇਣ ਦੀ ਲੋੜ ਨਹੀਂ ਹੈਗੀ, ਗਲਤ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਹੋਣਾ ਨਹੀਂ ਹੈਗਾ। ਸਹੀ ਕੰਮ ਵਾਸਤੇ ਜੇ ਕੋਈ 54 ਮੰਗ ਲਏ ਤੁਹਾਡੇ ਤੋਂ ਪੂਰੇ ਪੰਜਾਬ ਤੋਂ, ਅਤੇ ਉਹ ਜਿਹੜਾ ਵਟਸਐਪ ਨੰਬਰ 23 ਤਰੀਕ ਨੂੰ ਜਾਰੀ ਹੋਣਾ ਉਹਦੇ ਉੱਪਰ ਜਾਂ ਆਪਦੇ ਹਲਕੇ ਦੇ ਨੁਮਾਇੰਦੇ ਦੇ ਕੋਲ ਤੁਸੀਂ ਲੈ ਕੇ ਜਾਓ, ਬਿਨਾਂ ਪੈਸਿਆਂ ਤੋਂ, ਬਿਨਾਂ ਖੱਜਲ ਖੁਆਰੀ ਤੋਂ ਪੰਜਾਬ ਦੇ ਹਰੇਕ ਦਫ਼ਤਰ ਦੇ ਵਿੱਚ ਹਰੇਕ ਵਿਅਕਤੀ ਦਾ, ਛੋਟੇ ਦਾ, ਵੱਡੇ ਦਾ ਕੰਮ ਹੈ ਜਿਹੜਾ ਉਹ ਹੋਊਗਾ, ਗਰੰਟੀ ਕਰਦੇ ਆ। ਅਨਕੰਡੀਸ਼ਨ ਜਿਹੜੀਆਂ ਕੰਡੀਸ਼ਨਾਂ ਲਾਈਆਂ ਹੋਈਆਂ ਨੇ ਉਹ ਚੀਜ਼ਾਂ ਖਤਮ ਕੀਤੀਆਂ ਜਾਣਗੀਆਂ ਜਿਸ ਤਰ੍ਹਾਂ ਦਿੱਲੀ 'ਚ ਕੀਤਾ ਸੀ? ਜਿਹੜੀਆਂ ਕੰਡੀਸ਼ਨਾਂ ਰਿਕੁਆਇਰਡ ਨਹੀਂ ਹੈਗੀਆਂ ਸਿਰਫ ਇਸ ਕਰਕੇ ਲਾਈਆਂ ਗਈਆਂ ਨੇ ਕਿ ਇਹਨਾਂ ਦੇ ਜ਼ਰੀਏ, ਇਹਨਾਂ ਦੀ ਆੜ ਦੇ ਵਿੱਚ ਅਫਸਰ ਜਾਂ ਲੀਡਰ ਪੈਸਾ ਲੈ ਲੈਣਾ, ਉਹ ਹੁਣ ਜਦੋਂ ਸਰਕਾਰ ਸੈਟਲ ਡਾਊਨ ਹੋ ਗਈ, ਗਵਰਨੈਂਸ ਰਿਫੋਰਮਸ ਕਹਿੰਦੇ ਨੇ ਇਹਨੂੰ, ਇਹ ਕੰਮ ਹੈ ਜਿਹੜਾ ਸ਼ੁਰੂ ਕਰਾਂਗੇ। ਇਹੋ ਜਿਹੀਆਂ ਫਾਲਤੂ ਦੀਆਂ ਕੰਡੀਸ਼ਨਾਂ ਨੇ ਜਿਹੜੀਆਂ ਉਹਨਾਂ ਨੂੰ ਖਤਮ ਕਰਾਂਗੇ, ਸਿਸਟਮ ਨੂੰ ਸਰਕਾਰ ਤੋਂ ਕੰਮ ਕਿਵੇਂ ਲੈਣਾ ਉਹਨੂੰ ਸਰਲ ਕਰਾਂਗੇ, ਸੌਖਾ ਕਰਾਂਗੇ। ਜਦੋਂ ਸੌਖਾ ਹੋ ਗਿਆ
ਆਪੇ ਪੈਸੇ ਲੈਣ ਦੇ ਰਾਹ ਨੇ ਜਿਹੜੇ ਉਹ ਬੰਦ ਹੋ ਜਾਣਗੇ, ਪਰ ਨਾਲ ਨਾਲ ਸਰਕਾਰ ਦੇ ਵਿੱਚ ਕੋਈ ਲੀਡਰ, ਕੋਈ ਅਫਸਰ, ਕੋਈ ਮੁਲਾਜ਼ਮ ਕਰਪਸ਼ਨ ਨਾ ਕਰੇ, ਇਸ ਗੱਲ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਭਗਵੰਤ ਮਾਨ ਜੀਆਂ ਦੀ ਸਰਕਾਰ ਦੀ, ਉਹਨਾਂ ਦੀ ਆਪ ਦੀ, ਉਹਨਾਂ ਦੇ ਮੰਤਰੀਆਂ ਦੀ, ਉਹਨਾਂ ਦੇ MLA ਅਤੇ ਉਹਨਾਂ ਦੇ ਅਫਸਰਾਂ ਦੀ ਹੋਊਗੀ। ਪਰ ਨਾਲ ਨਾਲ ਇੰਨੀ ਵੀ ਜ਼ਰੂਰ ਬੇਨਤੀ ਕਰਾਂਗੇ ਕਿ ਪੰਜਾਬ ਦੇ ਲੋਕ, ਜਨਤਾ ਵੀ ਆਪਣੀ ਵੀ ਕਈ ਵਾਰੀ ਲੋਕਾਂ ਦੀ ਤਸੱਲੀ ਨਹੀਂ ਹੁੰਦੀ ਹੈਗੀ, ਜਦੋਂ ਤੱਕ ਪੈਸੇ ਨਾ ਦਈਏ ਨਾ ਆਪਣਾ ਵੀ ਮਨ ਨਹੀਂ ਖੜਦਾ ਹੈਗਾ ਵੀ ਪੈਸੇ ਤਾਂ ਲਏ ਨਹੀਂ ਹੈਗੇ, ਉਹਨਾਂ ਦੇ ਕੰਮ ਕਿਵੇਂ ਹੋਊਗਾ। ਉਹ ਜਿਹੜੇ ਸੋਚ ਹੈ ਉਹਨੂੰ ਤਿਆਗ ਦਿਓ, ਸਹੀ ਕੰਮ, ਇੱਕ ਮਿੰਟ ਵੀ ਖੜਨਾ ਨਹੀਂ ਹੈਗਾ ਅਤੇ ਗਲਤ ਹੋਣਾ ਨਹੀਂ ਹੈਗਾ।